ਤੁਹਾਡੇ ਕੈਮਰਾਮੈਨ ਸਾਹਿਬ ਸਾਡਾ ਸ਼ੂਟ ਕਰ ਰਹੇ ਹਾਂ, ਠੀਕ ਹੈ, ਤੁਸੀਂ ਇਹਨਾਂ ਕੋਲ ਕੈਮਰਾ ਪਕੜੋ ਇੱਕ ਵਾਰ। ਸੋ ਕੈਮਰਾ ਦੇ ਦਿਓ ਜੀ, ਇੱਦਾਂ ਹੀ ਚੱਲਦਾ ਰਹਿਣ ਦਿਓ, ਰਿਕਾਰਡਿੰਗ ਨਹੀਂ ਕੱਟਣੀ। ਸੋ ਆਪਣੇ ਜਿਹੜੀ ਆਡੀਅੰਸ ਹੈਗੀ ਉਹਨਾਂ ਨੂੰ ਪਤਾ ਲੱਗੇ ਕਿ ਸਭ ਕੁਝ ਜਿਹੜਾ ਲਾਈਵ ਹੋ ਰਿਹਾ ਤੇ ਬਿਲਕੁਲ ਵੀ ਰਿਕਾਰਡਿੰਗ ਜਿਹੜੀ ਕੱਟਣੀ ਨਹੀਂ ਹੈ। ਤੇ ਲਓ ਜੀ, ਕੈਸੇ ਹੋ, ਠੀਕ ਹੋ? ਹੁਣ ਜਿੱਦਾਂ ਹੀ ਮੈਂ ਤੁਹਾਡਾ ਸਿਰ ਤੇ ਹੱਥ ਰੱਖਾਂਗਾ ਤੁਸੀਂ ਵੀ ਡੀਪ ਸਲੀਪ 'ਚ ਜਾਓਗੇ। ਸਲੀਪ ਹੁਣ ਪ੍ਰਿੰਸ ਜੀ, ਜੇ ਤੁਸੀਂ ਉੱਠੋਗੇ ਤੁਸੀਂ ਆਪਣਾ ਮੋਬਾਈਲ ਔਰ ਬਟੂਆ ਮੈਨੂੰ ਕੱਢ ਕੇ ਦਿਓਗੇ। ਕਲੋਜ਼ਰ ਆਈਸ, ਟੀ ਟੀ ਟੀ, ਉੱਠੋ, ਆਪਣੇ ਆਪ ਉੱਠੋ, ਆਪਣੇ ਆਪ ਉੱਠੋ। ਅੱਖਾਂ ਖੁੱਲੀਆਂ ਹੋਈਆਂ ਤੁਹਾਡੇ ਸਾਹਮਣੇ, ਅੱਖਾਂ ਸਭ ਖੁੱਲੀਆਂ ਹੋਈਆਂ, ਤੁਸੀਂ ਟ੍ਰਾਂਸ 'ਚ ਹੋ ਜੀ। ਹੁਣ ਆਪਣਾ ਮੋਬਾਈਲ ਦਿਓ, ਕੜੀ ਹੈ, ਪਰਸ ਹੈ, ਬਟੂਆ ਦਿਓ। ਹੋਰ ਕੀ ਹੈਗਾ? ਕੜੀ ਹੈ, ਕੜੀ। ਚਲੋ 1 2 3 ਗੈਟ ਬੈਕ। ਕੈਸੇ ਹੋ ਪ੍ਰਿੰਸ ਜੀ? ਠੀਕ ਹੋ ਯਾਰ, ਇੱਕ 10 ਰੁਪਏ ਉਧਾਰ ਦਿਓਗੇ? ਇੱਕ 10 ਰੁਪਏ ਦੇ ਦਿਓ ਬਸ, ਹੁਣ ਇੱਕ 10 ਰੁਪਏ। ਅੱਛਾ, ਟਾਈਮ ਕੀ ਹੋਇਆ ਜ਼ਰਾ ਮੋਬਾਈਲ 'ਚ ਟਾਈਮ ਦੇਖ ਕੇ ਦੱਸੋ। ਟਾਈਮ ਤਾਂ ਦੱਸੋ ਕੀ ਹੋਇਆ? ਮੋਬਾਈਲ ਹੈ ਨਹੀਂ ਜੀ। ਕੀ ਕਹਿ ਰਹੇ ਹੋ? ਮੋਬਾਈਲ ਹੈ ਨਹੀਂ ਜੀ ਮੇਰੇ ਕੋਲ। ਲਿਆਏ ਨਹੀਂ ਸੀ ਤੁਸੀਂ ਸਵੇਰੇ? ਨਹੀਂ, ਲੈ ਕੇ ਆਇਆ ਸੀ ਮੈਂ। ਤਾਂ ਯਾਰ ਇੱਕ 10 ਰੁਪਏ ਤਾਂ ਉਧਾਰੇ ਦੇ ਦਿਓ ਮੈਨੂੰ। ਬਟੂਆ ਵੀ ਨਹੀਂ ਹੈ ਜੀ। ਬਟੂਆ ਵੀ ਨਹੀਂ ਹੈਗਾ? ਕਿੱਥੇ ਗਿਆ? ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਲੇਡੀਜ਼ ਦੇ ਨਾਲ ਮੈਕਸੀਮਮ ਟਾਈਮ ਹੁੰਦਾ ਕਿ ਉਹਨਾਂ ਦਾ ਬਟੂਆ ਉਹਨਾਂ ਕੋਲੋਂ ਚੋਰੀ ਕਰ ਲਿੱਤਾ ਜਾਂਦਾ ਹੈ, ਉਹਨਾਂ ਉਹ ਜੇਵਰ ਆਪਣੇ ਉਤਾਰ ਕੇ ਦੇ ਦਿੰਦੇ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਰਿਐਲਿਟੀ ਇਹ, ਹੁਣ ਤੁਹਾਡੇ ਕੈਮਰਾਮੈਨ ਸਾਹਿਬ ਸਾਡਾ ਸ਼ੂਟ ਕਰ ਰਹੇ ਹਾਂ, ਠੀਕ ਹੈ, ਤੁਸੀਂ ਇਹਨਾਂ ਕੋਲ ਕੈਮਰਾ ਪਕੜੋ ਇੱਕ ਵਾਰ। ਹਾਂ, ਹੁਣ ਮੈਂ ਕੈਮਰਾ ਮੈਂ ਫੜਦਾ ਇਹਨਾਂ ਤੋਂ। ਪ੍ਰਿੰਸ ਮੇਰੇ ਕੈਮਰਾਮੈਨ, ਤੁਸੀਂ ਆਮ ਹੀ ਸੁਣਦੇ ਹੁੰਦੇ ਆ ਕਿ ਨਾਲ ਕੈਮਰਾਮੈਨ ਪ੍ਰਿੰਸ ਕੁਮਾਰ, ਅਤੇ ਅੱਜ ਪ੍ਰਿੰਸ ਕੁਮਾਰ ਤੋਂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਪ੍ਰਿੰਸ ਕੁਮਾਰ ਹੈਕ ਹੋਣ ਨੇ, ਅਤੇ ਕੈਮਰਾ ਮੈਂ ਉਹਨਾਂ ਤੋਂ ਫੜਦਾ, ਅਤੇ ਐਕਚੁਅਲ ਦੇ ਵਿੱਚ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਕਿ ਉਹਨਾਂ ਨਾਲ ਵੀ ਹੁੰਦੀਆਂ। ਅਤੇ ਤੁਸੀਂ ਇਹ ਵੀ ਸੋਚ ਰਹੇ ਹੋਗੇ ਕਿ ਤੇ ਮੈਂ ਭਾਜੀ ਨਾਲ ਮਿਲਿਆ ਹੋਇਆ, ਪਰ ਇਹੋ ਜਿਹਾ ਕੁਛ ਨਹੀਂ ਹੈ। ਮੈਨੂੰ ਕੁਛ ਨਹੀਂ ਪਤਾ ਸੀ ਕਿਸ ਤਰੀਕੇ ਨਾਲ ਮੇਰੇ ਨਾਲ ਜੋ ਵੀ ਗੱਲਾਂ ਹੋਈਆਂ, ਅਤੇ ਪ੍ਰਿੰਸ ਨੂੰ ਤੁਹਾਡੇ ਸਾਹਮਣੇ 'ਚ ਲੈ ਕੇ ਆਉਂਦੇ ਹਾਂ, ਅਤੇ ਦੇਖਦੇ ਹਾਂ ਕਿ ਪ੍ਰਿੰਸ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਪੋਸੀਬਲ ਨੇ। ਸੋ ਕੈਮਰਾ ਦੇ ਦਿਓ ਜੀ, ਇੱਦਾਂ ਹੀ ਚੱਲਦਾ ਰਹਿਣ ਦਿਓ, ਰਿਕਾਰਡਿੰਗ ਨਹੀਂ ਕੱਟਣੀ, ਇਸ ਤਰੀਕੇ ਨਾਲ ਕੈਮਰਾ ਚੱਲੀ ਜਾਣ ਦਿਓ। ਸੋ ਆਪਣੇ ਜਿਹੜੀ ਆਡੀਅੰਸ ਹੈਗੀ ਉਹਨਾਂ ਨੂੰ ਪਤਾ ਲੱਗੇ ਕਿ ਸਭ ਕੁਝ ਜਿਹੜਾ ਲਾਈਵ ਹੋ ਰਿਹਾ ਅਤੇ ਬਿਲਕੁਲ ਵੀ ਰਿਕਾਰਡਿੰਗ ਜਿਹੜੀ ਕੱਟਣੀ ਨਹੀਂ ਹੈ। ਅਤੇ ਲਓ ਜੀ, ਕੈਸੇ ਹੋ, ਠੀਕ ਹੋ? ਵਧੀਆ, ਤੁਸੀਂ ਦੇਖਿਆ ਸਾਰਾ ਕੁਝ, ਕੈਸਾ ਲੱਗਿਆ ਤੁਹਾਨੂੰ? ਵਧੀਆ ਲੱਗਿਆ। ਵਧੀਆ ਲੱਗਿਆ? ਹੁਣ ਜਿੱਦਾਂ ਹੀ ਮੈਂ ਤੁਹਾਡੇ ਸਿਰ 'ਤੇ ਹੱਥ ਰੱਖਾਂਗਾ ਤੁਸੀਂ ਵੀ ਡੀਪ ਸਲੀਪ 'ਚ ਜਾਓਗੇ। ਸਲੀਪ ਪ੍ਰਿੰਸ ਜੀ, 1 2 3 ਗੈਟ ਬੈਕ, ਗੈਟ ਬੈਕ, ਗੈਟ ਬੈਕ। ਖੜੇ ਹੋ ਜਾਓ, ਖੜੇ ਹੋ ਜਾਓ। ਨਹੀਂ ਨਹੀਂ ਸੁਣਾਓਗੇ, ਨਹੀਂ ਸੁਣਾਓਗੇ? 1 2 3 ਗੋ ਸਲੀਪ। ਹੁਣ ਪ੍ਰਿੰਸ ਜੀ, ਜਦ ਤੁਸੀਂ ਉੱਠੋਗੇ ਤੁਸੀਂ ਆਪਣਾ ਮੋਬਾਈਲ ਔਰ ਬਟੂਆ ਮੈਨੂੰ ਕੱਢ ਕੇ ਦਿਓਗੇ। ਕਲੋਜ਼ਰ ਆਈਸ, ਟੀ ਟੀ ਟੀ, ਉੱਠੋ, ਆਪਣੇ ਆਪ ਉੱਠੋ, ਆਪਣੇ ਆਪ ਉੱਠੋ। ਅੱਖਾਂ ਖੁੱਲੀਆਂ ਹੋਈਆਂ ਤੁਹਾਡੇ ਸਾਹਮਣੇ, ਅੱਖਾਂ ਸਭ ਖੁੱਲੀਆਂ ਹੋਈਆਂ, ਤੁਸੀਂ ਟ੍ਰਾਂਸ 'ਚ ਹੋ ਜੀ। ਹੁਣ ਆਪਣਾ ਮੋਬਾਈਲ ਦਿਓ, ਕੜੀ ਹੈ, ਪਰਸ ਹੈ, ਬਟੂਆ ਦਿਓ। ਹੋਰ ਕੀ ਹੈਗਾ? ਚਲੋ, ਕੜੀ ਹੈ, ਕੜੀ। ਚਲੋ 1 2 3 ਗੈਟ ਬੈਕ। ਕੈਸੇ ਹੋ ਪ੍ਰਿੰਸ ਜੀ? ਠੀਕ ਹੋ ਯਾਰ, ਇੱਕ 10 ਰੁਪਏ ਉਧਾਰ ਦਿਓਗੇ? ਇੱਕ 10 ਰੁਪਏ ਦੇ ਦਿਓ ਬਸ, ਹੁਣ ਇੱਕ 10 ਰੁਪਏ। ਅੱਛਾ, ਟਾਈਮ ਕੀ ਹੋਇਆ ਜ਼ਰਾ ਮੋਬਾਈਲ 'ਚ, ਟਾਈਮ ਦੇਖ ਕੇ ਦੱਸੋ। ਟਾਈਮ ਤਾਂ ਦੱਸੋ ਕੀ ਹੋਇਆ? ਮੋਬਾਈਲ ਕਿੱਥੇ ਚਲਾ ਗਿਆ? ਮੋਬਾਈਲ ਹੈ ਨਹੀਂ ਜੀ। ਕੀ ਕਹਿ ਰਹੇ ਹੋ? ਮੋਬਾਈਲ ਹੈ ਨਹੀਂ ਜੀ ਮੇਰੇ ਕੋਲ। ਲਿਆਏ ਨਹੀਂ ਸੀ ਤੁਸੀਂ ਸਵੇਰੇ? ਨਹੀਂ, ਲੈ ਕੇ ਆਇਆ ਸੀ ਮੈਂ। ਤਾਂ ਯਾਰ ਇੱਕ 10 ਰੁਪਏ ਤਾਂ ਉਧਾਰ ਦੇ ਦਿਓ ਮੈਨੂੰ। ਬਟੂਆ ਵੀ ਨਹੀਂ ਹੈ ਜੀ। ਬਟੂਆ ਵੀ ਨਹੀਂ ਹੈਗਾ? ਕਿੱਥੇ ਗਿਆ? ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਲੇਡੀਜ਼ ਦੇ ਨਾਲ ਮੈਕਸੀਮਮ ਟਾਈਮ ਹੁੰਦਾ ਕਿ ਉਹਨਾਂ ਦਾ ਬਟੂਆ ਉਹਨਾਂ ਕੋਲੋਂ ਚੋਰੀ ਕਰ ਲਿੱਤਾ ਜਾਂਦਾ ਹੈ, ਉਹਨਾਂ ਉਹ ਜੇਵਰ ਆਪਣੇ ਉਤਾਰ ਕੇ ਦੇ ਦਿੰਦੇ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਠੀਕ ਹੈ, ਆਹ ਦੇਖੋ, 1 2 3 ਗੈਟ ਬੈਕ। ਕਿ
ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਬਟੂਆ ਔਰ ਮੋਬਾਈਲ ਮੈਨੂੰ ਖੁਦ ਕੱਢ ਕੇ ਦਿੱਤਾ ਸੀ ਆਪਣੇ ਕੈਮਰੇ ਤੇ ਆਪ ਦੱਸੋ ਨਹੀਂ ਜੀ ਨਹੀਂ ਪਤਾ ਸੀ ਚਲੇ ਅਨੂ ਕੀ ਕਹੋਗੇ ਤੁਸੀਂ ਗਗਨ ਜੀ ਮੈਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹੋਣਾ ਤੇ ਕੈਮਰਾ ਜਿਹੜਾ ਪ੍ਰਿੰਸ ਜੀ ਸੰਭਾਲਣਗੇ ਤੇ ਅਸਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹਰਮਨ ਤਿੰਜਲ ਜੀ ਮੇਰੇ ਨਾਲ ਮੌਜੂਦ ਨੇ ਸਾਇੰਸ ਇੱਕ ਸਾਇੰਸ ਦਾ ਜਿਹੜਾ ਇੱਕ ਪਾਰਟ ਹੈ ਇਸ ਤਰੀਕੇ ਦੀ ਵੀ ਸਾਇੰਸ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਤੁਹਾਡੇ ਤੋਂ ਕੋਈ ਜਿਹੜਾ ਸਮਾਨ ਵੀ ਚੋਰੀ ਕੀਤਾ ਜਾ ਸਕਦਾ ਜਿੱਦਾਂ ਕਿ ਆਮ ਤੁਸੀਂ ਬੱਸਾਂ ਦੇ ਵਿੱਚ ਟ੍ਰੇਨ ਦੇ ਵਿੱਚ ਜਦੋਂ ਸਫ਼ਰ ਕਰਦੇ ਹੋਗੇ ਤਾਂ ਖਬਰਾਂ ਸੁਣਨ ਨੂੰ ਮਿਲਦੀਆਂ ਹੋਣਗੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਹੋਣਗੀਆਂ ਕਿ ਕਿਸੇ ਲੇਡੀਜ਼ ਨੇ ਜਾਂ ਕਿਸੇ ਇਨਸਾਨ ਨੇ ਕਿਸੇ ਨੂੰ ਕੁਛ ਇੱਦਾਂ ਰੁਮਾਲ ਸੁੰਘਾਇਆ ਤਾਂ ਉਸਨੇ ਆਪਣਾ ਸਾਰਾ ਸਮਾਨ ਜਾਂ ਜੇਵਰ ਵਗੈਰਾ ਕੱਢ ਕੇ ਉਹਨਾਂ ਨੂੰ ਦੇਤੇ ਸੋ ਇਸੇ ਤਰੀਕੇ ਨਾਲ ਹੀ ਸਾਰਾ ਕੁਝ ਸੰਭਵ ਹੁੰਦਾ ਜਿੱਦਾਂ ਕਿ ਸਾਡੇ ਹਰਮਨ ਤਿੰਜਲ ਜੀ ਅੱਜ ਮੇਰੇ ਨਾਲ ਜਿੱਦਾਂ ਕਿ ਇਹ ਦੱਸ ਰਹੇ ਆ ਕਿ ਹੁਣੇ ਕੈਮਰਾਮੈਨ ਦੇ ਲੈ ਕੇ ਗਏ ਸੀ ਉਹਨਾਂ ਨੂੰ ਇਹ ਤੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਦਾ ਪਰਸ ਤੇ ਆਪਣਾ ਮੋਬਾਈਲ ਫੋਨ ਜਿਹੜਾ ਕੱਢ ਕੇ ਦਿੱਤਾ ਇਸ ਤਰੀਕੇ ਦੀ ਇੱਕ ਸਾਇੰਸ ਵੀ ਹੁੰਦੀ ਹੈ ਮਾਸਟਰ ਨੇ ਹਰਮਨ ਤਿੰਜਲ ਜੀ ਇਸ ਤਰੀਕੇ ਦੇ